ਨੇ ਪਹਿਲੇ ਵੀ ਇਹਦੇ 'ਤੇ ਐਕਸਟੋਰਸ਼ਨ ਦੀ ਜੋ ਹੈਗਾ ਜਾਂ ਫਿਰੌਤੀ ਜਿਨ੍ਹਾਂ ਨੂੰ ਕਹਿੰਦੇ ਆਪਾਂ ਫਿਰੌਤੀ ਦਾ ਇਹਨਾਂ ਦੇ ਉੱਤੇ ਪਰਚੇ ਵੀ ਹੈਗੇ ਆ। ਪਿਛਲੇ ਸਾਲ ਵੀ ਇਹ ਬਟਾਲਾ ਪੁਲਿਸ ਵੱਲੋਂ ਇਹ ਫੜਿਆ ਗਿਆ ਸੀਗਾ, ਉਹਦੇ 'ਤੇ ਵੀ ਇਹ ਜੇਲ੍ਹ ਕੱਟ ਕੇ ਆਇਆ ਸੀ, ਲੇਕਿਨ ਫਿਰ ਉਹਨੇ ਇਹੀ ਕੰਮ ਸ਼ੁਰੂ ਕੀਤਾ ਸੀਗਾ। ਕੱਲ੍ਹ ਸ਼੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ਦੇ ਦੁਕਾਨ ਦੇ ਉੱਤੇ ਜੋ ਕੰਜ ਦੇ ਜੋ ਬੂਆ ਹੁੰਦੀ ਹੈ ਉਹਦੇ 'ਤੇ ਇਹਨੇ ਗੋਲੀ ਮਰਵਾਏ ਸੀਗੇ। ਤੋ ਉਹਦੇ 'ਤੇ ਕੰਮ ਕਰਦੇ ਹੋਏ, ਸਵਿਫਟਲੀ ਕੰਮ ਕਰਦੇ ਹੋਏ, ਵਿਦਇਨ 4 ਆਵਰਸ, 4 ਘੰਟੇ ਦੇ ਅੰਦਰ ਅੰਦਰ ਹੀ ਇਹ ਜੋ ਕੇਸ ਜੋ ਟਰੇਸ ਹੋ ਗਿਆ ਸੀਗਾ, ਇਹਤੇ ਪਤਾ ਚੱਲਿਆ ਸੀ ਕਿਹਨੇ ਇਹ ਕਾਲ ਕਰਵਾਇਆ ਸੀਗਾ। ਇਹਨੇ ਕਾਲ ਕੀਤੀ ਸੀ ਇੱਕ ਹੈਰੀ ਚੱਠੇ ਦੇ ਨਾਂ 'ਤੇ ਇਹਨੇ ਕਾਲ ਕਰਾਇਆ ਸੀਗਾ, ਲੇਕਿਨ ਉਹ ਆਪਣੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਹਮਣੇ ਆਈ ਕਿ ਇਹ ਲੋਕਲ ਹੈਗਾ ਔਰ ਇੱਥੇ ਬਟਾਲੇ ਦੇ ਹੀ ਰਹਿਣ ਵਾਲਾ ਹੈਗਾ ਜੀ। ਇਸ 'ਤੇ ਜੇ ਫੈਮਿਲੀ ਬੈਕਗਰਾਊਂਡ ਦੀ ਗੱਲ ਕੀਤੀ ਜਾਵੇ ਤਾਂ ਉਹ ਕੀ? ਇਹਦਾ ਪੂਰਾ ਆਪਣਾ ਕਰਨੀ ਹੈ ਜੀ, ਕਿਉਂਕਿ ਇਹ ਕੱਲ੍ਹ ਦਾ ਹੀ ਕੇਸ ਹੈਗਾ, ਬਟ ਜੋ ਸੁਣਨ 'ਚ ਆਇਆ ਇਹ ਇੱਕ ਸਰਪੰਚ ਦਾ ਬੇਟਾ ਹੈਗਾ ਔਰ ਇਹ ਖੁਦ ਵੀ ਤੋਂ ਜੋ ਹੈਗਾ ਮੈਡੀਕਲ ਦਾ ਇਹ ਦੁਕਾਨ ਚਲਾਉਂਦਾ ਸੀਗਾ ਜੀ। ਜੇ ਇਸਦੇ ਪਿਛੋਕੜ ਦੀ ਗੱਲ ਹੋ ਗਈ, ਇਸ ਦੀ ਬਰਥਡੇਜ਼ ਦੀ ਗੱਲ ਹੋ ਗਈ, ਜਦੋਂ ਇਸ ਨੂੰ ਟਰੇਸ ਕੀਤਾ ਗਿਆ ਕਿੰਨਾ ਕੁ ਚੈਲੇਂਜਿੰਗ ਹੋਇਆ? ਕਿਉਂਕਿ ਕਾਰ ਲਗਜ਼ਰੀ ਕਾਰ ਹੈ, ਇਸ ਦੀ ਵੀ ਸਪੀਡ ਹੋਏਗੀ, ਤੁਹਾਡੀ ਟੀਮ ਦੀ ਵੀ ਸਪੀਡ ਹੋਏਗੀ, ਕਿੰਨਾ ਕੁ ਖਤਰਨਾਕ ਸੀ ਇਹਨੂੰ ਫੜਨਾ? ਨਹੀਂ ਜੀ, ਇਹ ਬਿਲਕੁਲ ਹੀ ਬਹੁਤ ਡੇਂਜਰਸ ਸੀਗਾ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਮੀਂਹ ਪੈ ਰਹੀ ਹੈਗੀ ਆ ਔਰ ਤਕਰੀਬਨ 160-170 ਦੇ ਵਿੱਚ ਜੋ ਗੱਡੀ ਘੁੰਮ ਰਹੀ ਸੀਗੀ, ਜਿਵੇਂ ਅਗਰ ਤੁਸੀਂ ਦੇਖੋਗੇ ਵੀ ਇੱਥੇ ਡੈਡ ਐਂਡ 'ਤੇ ਆ ਕੇ ਤਾਂ ਕਰਕੇ ਰੁਕੀ ਆ, ਅਦਰਵਾਈਜ਼ ਇਹ 2 ਘੰਟੇ ਤੋਂ ਸਾਡਾ ਇਹ ਹੌਟ ਚੇਜ਼ ਚੱਲ ਰਿਹਾ ਸੀਗਾ, ਜਿਵੇਂ ਤੁਸੀਂ ਦੇਖਦੇ ਹੋ ਕਿ ਇਹ ਔਰ ਆਪਣੀ ਟੀਮ ਜੋ ਹੈਗੀ ਆ ਵੱਖ ਵੱਖ ਪੁਆਇੰਟਾਂ ਦੇ ਵਿੱਚ ਵੀ ਲੱਗੇ ਸੀਗੇ, ਕਿਉਂਕਿ ਲਗਜ਼ਰੀ ਗੱਡੀ ਹੈਗੀ 170 ਦੇ ਸਪੀਡ 'ਤੇ ਜਦੋਂ ਜਾਂਦੀ ਹੈ ਤਾਂ ਫਿਰ ਉਹ ਦੂਜੇ ਕੋਈ ਵੀ ਛੋਟੀ ਗੱਡੀ ਤੋਂ ਉਹਦਾ ਮੁਕਾਬਲਾ ਨਹੀਂ ਹੋ ਸਕਦਾ। ਇਹਦੇ ਕਰਕੇ ਸਾਡੇ ਵੱਖ ਵੱਖ ਪੁਆਇੰਟਾਂ ਦੇ ਵਿੱਚ ਵੀ ਗੱਡੀ ਲੱਗੇ ਸੀਗੇ, ਇੱਕ ਪੁਆਇੰਟ ਦੇ ਉੱਤੇ ਆਪਣੇ ਪੁਲਿਸ ਦੀ ਗੱਡੀ ਨੂੰ ਵੀ ਇੰਨੇ ਹਿੱਟ ਕਰਕੇ ਅੱਗੇ ਆ ਗਿਆ ਸੀ। ਤੋ ਇੱਥੇ ਵੀ ਆ ਕੇ ਜਿਵੇਂ ਪੈਲੀ ਦੇ ਵਿੱਚ ਵੀ ਕੱਚਾ ਰਸਤੇ 'ਚ ਵੀ ਆ ਕੇ ਇਹਨੇ ਗੱਡੀ ਤਾਂ ਕਰਕੇ ਰੁਕਿਆ ਕਿਉਂਕਿ ਇੱਥੇ ਜੋ ਹੈਗਾ ਅੱਗੇ ਜਾਣ ਨੂੰ ਰਸਤਾ ਨਹੀਂ ਸੀਗਾ ਔਰ ਇਸ ਜਦੋਂ ਗੱਡੀ ਰੁਕ ਗਈ ਤਾਂ ਫਿਰ ਇਹਨੇ ਪੁਲਿਸ ਦੇ ਉੱਤੇ ਫਾਇਰ ਵੀ ਕੀਤੀ, ਤੋ ਉਹਨਾਂ ਦੇ ਸੈਲਫ ਡਿਫੈਂਸ 'ਤੇ ਪੁਲਿਸ ਨੂੰ ਇੱਥੇ ਫਾਇਰ ਕਰਨਾ ਪੈ ਗਿਆ। ਉਸ ਤੋਂ ਬਾਅਦ ਪੈਦਲ ਵੀ ਇਹਨੇ ਅੱਗੇ ਜੋ ਹੈਗਾ 5-6 ਕਿੱਲੇ ਜੋ ਜ਼ਮੀਨ ਦੇ ਵਿੱਚ ਜੋ 2-2 ਫੁੱਟ ਪਾਣੀ ਜਿੱਥੇ ਖੜੀ ਆ ਉੱਥੇ ਵੀ ਇਹ ਭੱਜ ਕੇ ਬਾਹਰ ਚਲ ਗਿਆ। ਗੈਂਗਸਟਰ ਵੱਲੋਂ ਕਿੰਨੇ ਰਾਊਂਡ ਫਾਇਰ ਕੀਤੇ ਗਏ ਔਰ ਪੁਲਿਸ ਵੱਲੋਂ ਕਿੰਨੇ ਰਾਊਂਡ ਫਾਇਰ? ਦੇਖੋ ਜੀ, ਉਹਨਾਂ ਵੱਲੋਂ 2-3 ਰਾਊਂਡ ਜੋ ਹੈਗਾ ਉਹ ਹਾਲੇ ਤੱਕ ਜੋ ਖੋਲ ਸਾਨੂੰ ਮਿਲਿਆ ਉਹ ਮਿਲੇ ਹੈਗੇ ਆ ਔਰ ਪੁਲਿਸ ਵੱਲੋਂ ਵੀ ਜੋ ਹੈਗਾ ਐਟਲੀਸਟ ਜੋ 4 ਰਾਊਂਡ ਜੋ ਹੈਗਾ ਉਹ ਪੁਲਿਸ ਵੱਲੋਂ ਚੱਲੀ। ਗੈਂਗਸਟਰ ਤਾਂ ਲੱਗਾ ਕੋਈ ਜੀ? ਗੈਂਗਸਟਰ ਦੇ ਕੋ ਗੋਲੀ ਲੱਗੀ ਜਾਂ ਤਾਂ ਆਪਣੇ ਜਵਾਨ ਦੇ? ਨਹੀਂ, ਬਿਲਕੁਲ ਬਿਲਕੁਲ ਉਹਨੂੰ ਲੱਗੀ ਹੈਗੀ ਆ, ਉਹਨੂੰ ਪੈਰ 'ਚ ਗੋਲੀ ਲੱਗੀ, ਜਿਵੇਂ ਪੈਲੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤਾਂ ਫਿਰ ਤੁਹਾਨੂੰ ਉੱਥੇ ਪਤਾ ਚੱਲ ਜਾਏਗਾ ਕੋਡਨ ਆਫ ਹੋ ਗਿਆ ਕ੍ਰਾਈਮ ਸੀਨ, ਬਟ ਉਹਨਾਂ ਦੇ ਪੈਰ 'ਚ ਗੋਲੀ ਲੱਗੀ, ਉਹਨੂੰ ਫਸਟ ਏਡ ਕੇ ਲਈ ਹੈਗਾ ਉਹ ਸਿਵਲ ਹਸਪੀਟਲ ਆਲਰੇਡੀ ਭੇਜ। ਆਪਣੇ ਜਵਾਨ ਸਾਰੇ ਸੇਫ? ਆਪਣੇ ਜਵਾਨ ਸੇਫ ਹੋ ਗਏ ਜੀ, ਉਹਨਾਂ ਦੇ ਥੈਂਕਫੁਲੀ ਜੋ ਗੁਰੂ ਦਾ ਮਹਿਰ ਸੀਗਾ ਕਿ ਉਹਨੇ ਉਹ ਦਰਖਤ 'ਚ ਲੱਗ ਗਈ, ਉਹਨੂੰ ਡਾਇਰੈਕਟ ਗੋਲੀ ਜੋ ਹੈਗਾ ਉਹ ਨਹੀਂ ਲੱਗੀ। ਕੀ ਲੱਗਦਾ ਕਿੱਡੀ ਇੱਕ ਵੱਡੀ ਕਾਮਯਾਬੀ ਹੋ ਸਕਦੀ, ਕਿਉਂਕਿ ਪਿਛਲੇ ਦਿਨਾਂ 'ਚ ਲਗਾਤਾਰ ਗੋਲੀਆਂ ਚੱਲੀਆਂ? ਬੇਸ਼ੱਕ ਤੁਸੀਂ ਪਿਛਲੇ ਕੇਸ ਸਾਰੇ ਮੈਨੇਜ ਕਰ ਲਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਹੁਣ ਫਿਰ ਪਿੱਛੇ ਜਿਹੜੀ ਸੁਨਿਆਰੇ ਦੀ ਦੁਕਾਨ 'ਤੇ ਸ਼੍ਰੀ ਹਰਗੋਬਿੰਦਪੁਰ ਵਾਲਾ ਤਾਂ ਟਰੇਸ ਹੋ ਗਿਆ, ਕਿੰਨੇ ਇੱਕ ਹੋਰ ਕੇਸ ਇਹਦੇ ਕੋਲੋਂ ਹੱਲ ਹੋ ਸਕਦੇ ਆ? ਬਿਲਕੁਲ ਜੀ, ਇਹ ਬਹੁਤ ਵੱਡੀ ਜੋ ਹੈਗਾ ਕਾਮਯਾਬੀ ਬਟਾਲਾ ਪੁਲਿਸ ਵਾਸਤੇ ਮੈਂ ਦੱਸ ਸਕਦੀ ਹਾਂ, ਕਿਉਂਕਿ 2-3 ਜੋ ਵਾਰਦਾਤ ਹੈਗੀ ਹੈ ਪਿਛਲੇ 2-3 ਦਿਨ ਦੇ ਵਿੱਚ ਹੋਈ ਹੈਗੀ ਹੈ, ਹਾਲਾਂਕਿ ਕੋਈ ਵੀ ਟਰੇ ਜੋ ਅਨਟਰੇਸ ਨਹੀਂ ਹੈਗੀ, ਇੱਕ ਕੇਸ ਦੇ ਵਿੱਚ ਸਾਨੂੰ ਹਾਲੇ ਬੰਦੇ ਫੜਨਾ ਬਾਕੀ ਰਹਿੰਦਾ, ਲੇਕਿਨ ਉਹ ਵੀ ਹੋ ਜਾਊਗਾ। ਬਟ ਇਸ ਤਰੀਕੇ ਦਾ ਜਦੋਂ ਕੱਲ੍ਹ ਦੀ ਵਾਰਦਾਤ ਹੈਗੀ ਆ ਔਰ ਅੱਜ ਸਵੇਰ ਤੱਕ ਉਹਦੇ ਬੰਦੇ ਵੀ ਫੜੇ ਜਾਂਦੇ ਹੈਗੇ ਆ ਔਰ ਇਹਦੇ ਵਿੱਚ ਜੋ ਕਿਉਂਕਿ ਇਹਨੇ ਪੁਲਿਸ ਦੇ ਉੱਤੇ ਅਟੈਕ ਵੀ ਕਰਦਾ ਹੈ ਤਾਂ ਫਿਰ ਉਹਨਾਂ ਨੂੰ ਵੀ ਗੋਲੀ ਲੱਗ ਜਾਂਦੀ ਹੈ, ਇਹਦੇ ਕਰਕੇ ਜੋ ਇਹ ਜੋ ਹੈਗਾ ਪਬਲਿਕ ਦਾ ਹੈਗਾ ਉਹਨਾਂ ਦੇ ਇੱਕ ਕੌਨਫੀਡੈਂਸ ਪੁਲਿਸ ਦੇ ਉੱਤੇ ਜ਼ਰੂਰ ਬੜੇਗਾ ਜੀ ਔਰ ਇਹਦੇ 'ਤੇ ਆਪਣਾ ਮਨੋਬਲ ਵੀ ਜੋ ਪੁਲਿਸ ਦਾ ਹੈਗਾ ਉਹ ਬੜੇਗਾ।